ਦੋਸਤੋ ਇਸ ਵਕਤ ਦੇਸ਼ ਭਰ ਦੇ ਵਿੱਚ ਕਿਸਾਨਾਂ ਵੱਲੋਂ ਅੰਦੋਲਨ ਕਰੇ ਜਾ ਰਹੇ ਨੇ ਹਾਲਾਂਕਿ ਹੁਣ ਤਾਂ ਸਰਕਾਰ ਵੀ ਮੰਨ ਗਈ ਹੈ ਕਿ ਇਨ੍ਹਾਂ ਬਿੱਲਾਂ ਵਿੱਚ ਕੁਝ ਕਮੀਆਂ ਨੇ ਜਿਨ੍ਹਾਂ ਨੂੰ ਉਹ ਸੋਧਣ ਲਈ ਤਿਆਰ ਹੈ ਪਰ ਇਸ ਵਕਤ ਵੀ ਕਈ ਅਜਿਹੇ ਲੋਕ ਹਨ ਜਿਹੜੇ ਕਹਿ ਰਹੇ ਨੇ ਕਿ ਇਹ ਖੇਤੀ ਬਿੱਲ ਕਿਸਾਨਾਂ ਦੇ ਲਈ ਫਾਇਦੇਮੰਦ ਸਾਬਤ ਹੋਣਗੇ ਉਹਨਾਂ ਲੋਕਾਂ ਨੂੰ ਹੋਰ ਗਹਿਰਾਈ ਨਾਲ ਇਨ੍ਹਾਂ ਬਿੱਲਾਂ ਬਾਰੇ ਸਮਝਾਉਣ ਲਈ ਮੈਂ ਹਾਜ਼ਰ ਹਾਂ ਇੱਕ ਉਦਾਹਰਣ ਲੈ ਕੇ ਜਿਹੜੀ ਕਿ ਹੈ ਕੈਨੇਡਾ ਦੀ ਕੈਨੇਡਾ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਕਾਨੂੰਨ ਜਿਹੜੇ ਹੁਣ ਭਾਰਤ ਸਰਕਾਰ ਲਿਆਉਣਾ ਚਾਹੁੰਦੀ ਹੈ ਕਾਫੀ ਸਮਾਂ ਪਹਿਲਾਂ ਲੈ ਕੇ ਆਂਦੇ ਗਏ ਸੀ ਉਹਨਾਂ ਕਾਨੂੰਨਾਂ ਨੂੰ ਲੈ ਕੇ ਆਉਣ ਦੇ ਬਾਅਦ ਕੈਨੇਡਾ ਦੇ ਕਿਸਾਨਾਂ ਤੇ ਕਿਸ ਤਰ੍ਹਾਂ ਨਾਲ ਮਾੜਾ ਪ੍ਰਭਾਵ ਪਿਆ ਕਿਸ ਤਰ੍ਹਾਂ ਕੈਨੇਡਾ ਦੇ ਕਿਸਾਨਾਂ ਨੇ ਖੇਤੀ ਨੂੰ ਛੱਡ ਕੇ ਲੇਬਰ ਵਾਲੀ ਲਾਈਨ ਨੂੰ ਚੁਣਨਾ ਜ਼ਿਆਦਾ ਬਿਹਤਰ ਸਮਝਿਆ ਅੱਜ ਦੀ ਵੀਡੀਓ ਤੁਹਾਨੂੰ ਬਿਲਕੁਲ ਕਲੀਅਰ ਕਰ ਦੇਵੇਗੀ ਕਿ ਕਿਵੇਂ ਇਹ ਬਿੱਲ ਕਿਸਾਨਾਂ ਲਈ ਖਤਰਨਾਕ ਨੇ ਤੇ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਲਈ ਵੀ ਖਤਰਨਾਕ ਨੇ ਤਾਂ ਚਲੋ ਦੋਸਤੋ ਆਪਾਂ ਗੱਲ ਕਰਦੇ ਹੁਣ ਕਿਵੇਂ ਖਤਮ ਹੋਈ ਕੈਨੇਡਾ ਵਿੱਚ ਛੋਟੀ ਕਰਸਾਨੀ ਭਾਰਤ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਪੂਰੀ ਦੁਨੀਆ ਵਿੱਚ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ ਤੇ ਕਿਸਾਨ ਆਪਣੀ ਹੋਂਦ ਅਤੇ ਖੇਤ ਬਚਾਉਣ ਲਈ ਮਹੀਨਿਆਂ ਤੋਂ ਸੰਘਰਸ਼ਾਂ ਦੇ ਰਾਹ ਤੇ ਪਈ ਹੋਈ ਹਨ ਕਿਸਾਨਾਂ ਦੀ ਅਗਵਾਈ ਕਰ ਰਹੀਆਂ ਲੋਕਪੱਖੀ ਕਿਸਾਨ ਜਥੇਬੰਦੀਆਂ ਭਾਵੇਂ ਬਹੁਤ ਸਮੇਂ ਤੋਂ ਲੋਕਾਂ ਨੂੰ ਲਾਮਬੰਦ ਹੋ ਕੇ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਹੌਕਾ ਦੇ ਰਹੀਆਂ ਸਨ ਤੇ ਕਮਜਾਬੀ ਰਹੀਆਂ ਪੂਰੀ ਦੁਨੀਆ ਵਿੱਚ ਬੈਠੇ ਭਾਰਤੀ ਵੀ ਇਸ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾ ਰਹੇ ਹਨ ਇਹੋ ਜਿਹੇ ਕਾਨੂੰਨ ਹੀ ਕੈਨੇਡਾ ਵਰਗੇ ਮੁਲਕ ਵਿੱਚ ਵੀ ਬਣੇ ਸਨ ਤੇ ਉਹਨਾਂ ਕਾਨੂੰਨਾਂ ਦਾ ਕੈਨੇਡਾ ਦੀ ਛੋਟੀ ਕਰਸਾਨੀ ਤੇ ਕੀ ਅਸਰ ਹੋਇਆ ਥੋੜੀ ਜਹੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਜੋ ਤੱਥ ਸਾਹਮਣੇ ਆਏ ਹਨ ਉਹ ਹੈਰਾਨ ਕਰਨ ਵਾਲੇ ਹਨ ਭਾਵੇਂ ਕਿ ਇਹ ਕਾਨੂੰਨ ਆਉਣ ਤੋਂ ਪਹਿਲਾਂ ਵੀ ਕੈਨੇਡਾ ਵਿੱਚ ਛੋਟੀ ਕਰਸਾਨੀ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ ਪਰ ਫਿਰ ਵੀ ਸਟੀਫਨ ਹਾਰਪਰ ਦੀ ਕੰਜ਼ਰਵੇਟਿਵ ਸਰਕਾਰ ਨੇ ਆਪਣੇ ਅਮੀਰ ਆਕਾਮਾ ਨੂੰ ਖੁਸ਼ ਕਰਨ ਲਈ ਤੇ ਛੋਟੇ ਕਿਸਾਨਾਂ ਨੂੰ ਖਤਮ ਕਰਨ ਲਈ ਬਿਲ C18 ਲੈ ਕੇ ਆਂਦਾ ਅੱਗੇ ਪੇਸ਼ ਕੀਤੇ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਕਣਕ ਦੀ ਖੇਤੀ ਹੁੰਦੀ ਹੈ ਤੇ ਇਨ੍ਹਾਂ ਕਿਸਾਨਾਂ ਨੂੰ ਕਣਕ ਦਾ ਵਾਜਬ ਮੁੱਲ ਦਿਵਾਉਣ ਵਾਸਤੇ ਇੱਥੇ ਕੈਨੇਡਾ ਵੀਟ ਬੋਰਡ ਨਾਮ ਦੀ ਸੰਸਥਾ ਹੁੰਦੀ ਸੀ ਜੋ ਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਜਾਨੀ ਕਿ ਐਮਐਸਪੀ ਤੈਅ ਕਰਦੀ ਸੀ ਹਰਪਰ ਸਰਕਾਰ ਨੇ 1 ਅਗਸਤ 2012 ਨੂੰ ਬਿੱਲ ਪਾਸ ਕਰਕੇ ਵੀਟ ਬੋਰਡ ਦਾ ਖੁੱਲੀ ਮੰਡੀ ਦੇ ਤਹਿਤ ਨਿੱਜੀਕਰਨ ਕਰ ਦਿੱਤਾ ਅਤੇ ਉਸ ਤੋਂ ਬਾਅਦ ਕਨੇਡਾ ਦੀ ਛੋਟੀ ਕਿਸਾਨੀ ਖਤਮ ਹੋਣੀ ਸ਼ੁਰੂ ਹੋ ਗਈ 15 April 2015 ਨੂੰ Bunj Limited ਨਾਮ ਦੀ ਕੰਪਨੀ ਨੇ ਕਨੇਡਾ ਵੀਟ ਬੋਰਡ ਦੀ 50.1% ਮਾਲਕੀ ਹਾਸਲ ਕਰ ਲਈ ਸਰਕਾਰੀ ਅੰਕੜਿਆਂ ਅਨੁਸਾਰ 1991 ਤੋਂ ਲੈ ਕੇ 2019 ਤੱਕ ਖੇਤੀ ਕਰਨ ਵਾਲੇ ਕਿਸਾਨ 390875 ਤੋਂ ਘਟ ਕੇ 29325 ਰਹਿ ਗਏ ਹਾਲਾਂਕਿ ਖੇਤੀ ਵਾਲੀ ਜ਼ਮੀਨ ਵਿੱਚ ਵਾਧਾ ਹੋਇਆ ਪਰ ਕਿਸਾਨਾਂ ਦੀ ਗਿਣਤੀ ਘਟੀ ਕਿਉਂਕਿ ਛੋਟੀ ਕਿਸਾਨੀ ਖਤਮ ਹੋ ਗਈ ਤੇ ਵੱਡੀਆਂ ਕੰਪਨੀਆਂ ਨੇ ਖੇਤੀ ਉੱਪਰ ਆਪਣਾ ਕਬਜ਼ਾ ਕਾਇਮ ਕਰ ਲਿਆ ਜੋ ਛੋਟੇ ਕਿਸਾਨ ਸਨ ਉਹਨਾਂ ਦੀ ਜ਼ਮੀਨ ਕੌਡੀਆਂ ਦੇ ਪਾ ਵੱਡੀਆਂ ਕੰਪਨੀਆਂ ਨੇ ਖਰੀਦ ਲਈ ਪਰ ਉਹਨਾਂ ਦੀ ਮਸ਼ੀਨਰੀ ਅਤੇ ਸੰਦ ਨਹੀਂ ਖਰੀਦੇ ਕਿਉਂਕਿ ਉਹ ਵੱਡੀਆਂ ਕੰਪਨੀਆਂ ਦੇ ਕਿਸੇ ਕੰਮ ਦੇ ਨਹੀਂ ਸਨ ਛੋਟੇ ਕਿਸਾਨਾਂ ਦੀ ਉਹ ਮਸ਼ੀਨਰੀ ਤੇ ਸੰਦ ਅੱਜ ਸੜਕਾਂ ਦੇ ਕਿਨਾਰੇ ਖਾਲੀ ਥਾਵਾਂ ਤੇ ਖੜੇ ਆਮ ਹੀ ਨਜ਼ਰ ਆਉਂਦੇ ਨੇ ਤੇ ਗੱਲ ਸੜ ਰਹੇ ਨੇ ਇਹਨਾਂ ਸੰਦਾਂ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਆਪਣੀ ਸਕਰੀਨ ਤੇ ਵੀ ਦੇਖ ਸਕਦੇ ਹੋ ਛੋਟੇ ਖੇਤਾਂ ਦੇ ਮਾਲਕ ਕਿਸਾਨ ਅੱਜ ਆਪਣੇ ਹੀ ਖੇਤਾਂ ਵਿੱਚ ਦਿਹਾੜੀ ਕਰਨ ਨੂੰ ਮਜਬੂਰ ਨੇ ਅਤੇ ਵੱਡੀਆਂ ਕੰਪਨੀਆਂ ਦੇ ਵੱਡੇ-ਵੱਡੇ ਟਰੈਕਟਰ ਕੰਬਾਈਨਰ ਅਤੇ ਟਰੱਕ ਚਲਾ ਕੇ ਪਰਿਵਾਰ ਪਾਲ ਰਹੇ ਨੇ ਅਤੇ ਬਾਕੀ ਸ਼ਹਿਰਾਂ ਵਿੱਚ ਜਾ ਕੇ ਫੈਕਟਰੀਆਂ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਨੇ ਦਿਨੋ-ਦਿਨ ਵੱਡੀਆਂ ਕੰਪਨੀਆਂ ਵੱਡੀਆਂ ਹੋ ਰਹੀਆਂ ਹਨ ਤੇ ਛੋਟੀ ਕਿਸਾਨੀ ਲਗਭਗ ਖਤਮ ਹੋ ਚੁੱਕੀ ਹੈ। ਇਹੋ ਹੀ ਹਾਲ ਡੈਰੀ ਫਾਰਮਿੰਗ ਅਤੇ ਮੁਰਗੀ ਪਾਲਣ ਵਾਲੇ ਕਿਸਾਨਾਂ ਦਾ ਹੈ। ਮਾਨਸੈਂਟੂ, ਏਜੀਟੀ ਫੂਡਸ, ਥੌਮਸਨਸ, ਰਿਚਰਡਸਨਸ, ਕਾਰਗਿਲ ਵਰਗੀਆਂ ਵੱਡੀਆਂ ਕੰਪਨੀਆਂ ਲੱਖਾਂ ਕਿੱਲਿਆਂ ਦੀ ਖੇਤੀ ਕਰ ਰਹੀਆਂ ਨੇ। ਇਕੱਲੀ ਖੇਤੀ ਹੀ ਨਹੀਂ, ਟਰੱਕਿੰਗ ਇੰਡਸਟਰੀ ਦਾ ਵੀ ਇਹੋ ਹਾਲ ਹੈ। ਹਰ ਦਿਨ ਵੱਡੀਆਂ ਕੰਪਨੀਆਂ ਛੋਟੀਆਂ ਕੰਪਨੀਆਂ ਨੂੰ ਨਿਗਲ ਰਹੀਆਂ ਨੇ। ਜਿਵੇਂ ਵੱਡੀ ਮੱਛੀ ਛੋਟੀ ਮੱਛੀ ਨੂੰ ਖਾ ਜਾਂਦੀ ਹੈ ਵੱਡੀਆਂ ਕੰਪਨੀਆਂ ਜਿਵੇਂ ਮੂਲਨ ਗਰੁੱਪਸ, ਟ੍ਰਾਂਸਫੋਰਸ, ਏਟੀਐਸ, ਬਾਈਸਨ ਅਤੇ ਟ੍ਰਾਂਸਐਕਸ ਵਰਗੀਆਂ ਕੰਪਨੀਆਂ ਨੇ ਛੋਟੀਆਂ ਕੰਪਨੀਆਂ ਨੂੰ ਕਾਰੋਬਾਰ ਵਿੱਚ ਬਣੇ ਰਹਿਣਾ ਅਸੰਭਵ ਕਰ ਦਿੱਤਾ ਹੈ ਦੋਸਤੋ ਇਸ ਵਕਤ ਜਿਹੜੀ ਤਸਵੀਰ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋ ਇਹ 1921 ਤੋਂ ਲੈ ਕੇ 2016 ਤੱਕ ਕਿਸਾਨਾਂ ਦੀ ਗਿਣਤੀ ਵਿੱਚ ਆਈ ਹੋਈ ਕਮੀ ਨੂੰ ਦਰਸਾਉਂਦੀ ਹੈ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ 1921 ਤੋਂ ਲੈ ਕੇ 2016 ਆਉਂਦੇ-ਆਉਂਦੇ ਕੈਨੇਡਾ ਦੇ ਵਿੱਚ ਕੁੱਲ ਕਿਸਾਨਾਂ ਦੀ ਗਿਣਤੀ ਕਿੰਨੀ ਤੇਜ਼ੀ ਨਾਲ ਘਟੀ ਹੈ ਅਗਰ ਤੁਸੀਂ ਚਾਹੁੰਦੇ ਹੋ ਕਿ ਭਾਰਤ ਦੇ ਕਿਸਾਨ ਦੀ ਹਾਲਤ ਮਾੜੀ ਨਾ ਹੋਵੇ ਤੇ ਭਾਰਤ ਦੇ ਕਿਸਾਨ ਦੀ ਹਾਲਤ ਵਿੱਚ ਕੋਈ ਸੁਧਾਰ ਆਵੇ ਤਾਂ ਦੋਸਤੋ ਕਿਸਾਨਾਂ ਦੇ ਇਸ ਅੰਦੋਲਨ ਦੇ ਵਿੱਚ ਇਸ ਫਾਰਮਰਸ ਪ੍ਰੋਟੈਸਟ ਦੇ ਵਿੱਚ ਕਿਸਾਨਾਂ ਦਾ ਸਾਥ ਦੇਵੋ ਦੋਸਤੋ ਤੁਸੀਂ ਸੁਣ ਰਹੇ ਸੀ ਜਗਮੀਤ ਸਿੰਘ ਹਠੂਰ ਨੂੰ YouTube ਚੈਨਲ ਕਲਮ ਪੰਜਾਬ ਦੀ ਤੋਂ ਇਸ ਪੂਰੀ ਦੀ ਪੂਰੀ ਜਾਣਕਾਰੀ ਦੇ ਲੇਖਕ ਹਨ ਰਜਿੰਦਰ ਸੇਖੋ ਜੀ ਅਗਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਕੰਮ ਦੀਆਂ ਵੀਡੀਓ ਤੁਹਾਡੇ ਤੱਕ ਆਪਣੇ ਆਪ ਪਹੁੰਚਦੀਆਂ ਰਹਿਣ ਤੇ ਦੋਸਤੋ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਵੋ ਮੈਂ ਬਹੁਤ ਜਲਦ ਫੇਰ ਮਿਲਾਂਗਾ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਅਲਵਿਦਾ ਸਤਿ ਸ਼੍ਰੀ ਅਕਾਲ